ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਲਾਸਾ ਕਰਨਗੇ ਵੱਡਾ ਖਲਾਸਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲੰਮਾ ਤਕਰਾਰ ਚੱਲਦਾ ਆ ਰਿਹਾ ਮਸਲਾ ਕਿ ਪੰਜਾਬ ਦਾ ਉਹ cricket ਖਿਡਾਰੀ ਜਿਹਦੇ ذریعے ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਚਰਨਜੀਤ ਚੰਨੀ ਸਾਫ ਕਾ ਮੁੱਖ ਮੰਤਰੀ ਤੇ ਵੱਡੇ ਇਲਜ਼ਾਮ ਲਗਾਏ ਸਨ ਕਿ ਧਰਮਸ਼ਾਲਾ ਦੇ ਇੱਕ ਮੈਚ ਜਿਹੜਾ ਨੂੰ ਉਹਨੂੰ ਇੱਕ ਕ੍ਰਿਕਟਰ ਮਿਲਿਆ ਪੰਜਾਬ ਦਾ ਖਿਡਾਰੀ ਜਿਨੇ ਇਹ ਕਹਿਆ ਮੈਨੂੰ ਦੱਸੀ ਕਹਾਣੀ ਹੱਡ ਬੀਤੀ ਕਿ ਮੈਂ ਨੌਕਰੀ ਲੈਣ ਵਾਸਤੇ ਉਸ ਸਮੇਂ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਮੁੱਖ ਮੰਤਰੀ ਚੰਨੀ ਸਾਫ ਸਨ ਉਹਨਾਂ ਨੇ ਆਪਣੇ ਭਾਂਜੇ ਕੋ ਭੇਜਤਾ ਭਾਂਜੇ ਨੇ ਦੋ ਉਂਗਲਾਂ ਦਾ ਇਸ਼ਾਰਾ ਕੀਤਾ ਅਸੀਂ ਅਗਲੀ ਵਾਰ 2 ਲੱਖ ਰੁਪਏ ਲੈ ਕੇ ਗਏ ਉਹਨਾਂ ਕਹਿੰਦੇ ਨਹੀਂ 2 ਲੱਖ ਨਹੀਂ ਦੋ ਉਂਗਲਾਂ ਦਾ ਮਤਲਬ 2 ਕਰੋੜ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਿਸ ਚੰਨੀ ਨੂੰ ਅੱਜ ਦਾ ਦਿਨ ਦੁਪਹਿਰ ਦੇ 2 ਵਜੇ ਤੱਕ ਹੀ ਮੌਲਤ ਦਿੱਤੀ ਸੀ ਕਿ ਦੇ 2 ਵਜੇ ਤੱਕ ਸਾਬਕਾ ਮੁੱਖ ਮੰਤਰੀ ਨੇ ਨਾ ਮੰਨਿਆ ਕਿ ਉਹਦੇ ਭਤੀਜੇ ਭਾਂਜਿਆਂ ਨੇ ਕਿਸੇ ਖਿਡਾਰੀ ਨੂੰ ਨਹੀਂ ਮਿਲੇ ਅਜਿਹੀ ਕੋਈ ਗੱਲਬਾਤ ਨਹੀਂ ਤੇ ਉਹ ਖੁਦ ਖਲਾਸਾ ਕਰਨਗੇ ਦੱਸਣਗੇ ਕਿ ਸਮਾ ਕੀ ਸੀ ਸਤਾਣ ਕੀ ਸੀ ਤੇ ਕਿਹੜਾ ਖਿਡਾਰੀ ਸੀ ਇਹ ਸਾਰਾ ਖਲਾਸਾ ਅੱਜ ਹੋਏਗਾ ਦੁਪਹਿਰ ਦੇ 2 ਵਜੇ ਤੋਂ ਬਾਅਦ ਤੇ ਸਮੁੱਚੇ ਪੰਜਾਬ ਦੀ ਨਹੀਂ ਦੁਨੀਆ ਭਰ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਅੱਜ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹ ਕਿਹੜਾ ਖਿਡਾਰੀ ਉਹ ਕਿਸ ਖਿਡਾਰੀ ਦਾ ਨਾਮ ਪੇਸ਼ ਕਰਨਗੇ ਕਿਹੜੀ ਕੋਠੀ ਹੋਏਗੀ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਕਿਹੜੀਆਂ ਤਸਵੀਰਾਂ ਹੋਣਗੀਆਂ ਉਹ ਸਾਰਾ ਹੁਣ ਜਿਹੜਾ ਮਸਲਾ ਉਹ ਸਾਰਿਆਂ ਦੇ ਸਾਹਮਣੇ ਆ ਜਾਏਗਾ ਹਾਲਾਂਕਿ ਜਦੋਂ ਪਹਿਲੀ ਵਾਰ ਡਿਡਬਾ ਦੇ ਵਿੱਚ ਇਹ ਖੁਲਾਸਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੇ ਇੱਕ ਕ੍ਰਿਕਟਰ ਕੋਲੋਂ ਦੋਕਰੂੜ ਮੰਗੇ ਨੇ ਉਹਦੇ ਭਤੀਜੇ ਭਾਂਜਿਆਂ ਨੇ ਉਹ ਨਹੀਂ ਦੇ ਪਏ ਉਲਟਾ ਉਹਨਾਂ ਨੂੰ ਜਲੀਲ ਕੀਤਾ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਣਾ ਨੇ ਚਮਕੌਰ ਸਾਹਿਬ ਇਤਿਹਾਸਿਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ ਉਹਨਾਂ ਨੇ ਕਿਹਾ ਕਿ ਜੇ ਮੈਂ ਕੁਝ ਕੀਤਾ ਹੋਇਆ ਤੇ ਮੈਂ ਸਜ਼ਾ ਕਸੂਰਵਾਰ ਹੋਇਆ ਤਾਂ ਕੋਈ ਵੀ ਸਜ਼ਾ ਭੁਗਤਣ ਨੂੰ ਤਿਆਰ ਉਸ ਤੋਂ ਬਾਅਦ ਜਿਹੜੀ ਉਹਨਾਂ ਅਰਦਾਸ ਕੀਤੀ ਸਾਬਕਾ ਮੁੱਖ ਮੰਤਰੀ ਦੀ ਅਰਦਾਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ ਤੁਸੀਂ ਦੱਸੋ ਤੁਹਾਨੂੰ ਟਾਈਮ ਦਿੱਤਾ ਜਾਂਦਾ ਤੁਸੀਂ ਆਪਣੇ ਭਤੀਜੇ ਭਾਂਜਿਆਂ ਨੂੰ ਪੁੱਛ ਲਓ ਉਹਨਾਂ ਨੂੰ ਪੁੱਛ ਕੇ ਦੱਸ ਦਿਓ ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ ਹੋ ਸਕਦਾ ਹੈ ਕਿ ਭੁੱਲ ਗਏ ਹੋਗੇ ਇਸ ਤੋਂ ਬਾਅਦ ਫਿਰ ਚਰਜਿਸ ਚੰਨੀ ਉਹਨਾਂ ਦੀ ਇੱਕ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਆ ਕਿ ਤੁਸੀਂ 31 ਮਈ ਦਾ ਕਿਉਂ ਇੰਤਜ਼ਾਰ ਕਰਦੇ ਹੋ ਜੇ ਤੁਹਾਡੇ ਕੋਲ ਸਬੂਤ ਨੇ ਤੇ ਤੁਸੀਂ ਸਬੂਤ ਦਿਓ ਗ੍ਰਿਫਤਾਰ ਕਰੋ ਮੈਂ ਗ੍ਰਿਫਤਾਰੀ ਵਾਸਤੇ ਤਿਆਰ ਆ ਮੈਂ ਆਪ ਨੌਕਰੀਆਂ ਦਿੰਦਾ ਰਿਹਾਗਾ ਮੈਂ ਹਰ ਜਦੋਂ ਟੈਕਨੀਕਲ ਮਨਿਸਟਰ ਸੀ ਕਈ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਤੁਸੀਂ ਫਿਰ ਉਹਨਾਂ ਦੀ ਵੀ ਪੜਤਾਲ ਕਰਵਾਓ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਫੇਰ ਟਵੀਟ ਜਾਰੀ ਕੀਤਾ 31 ਮਈ ਦੁਪਹਿਰ ਦੇ 2 ਵਜੇ ਉਸ ਤੋਂ ਪਹਿਲਾਂ ਅਗਰ ਤੁਸੀਂ ਦੱਸ ਦੋ ਤੇ ਠੀਕ ਹੈ ਨਹੀਂ ਤਾਂ ਫਿਰ ਉਹ ਸਾਰਾ ਖਲਾਸਾ ਕਰਨਗੇ ਤੇ ਹੁਣ ਕੁਝ ਹੀ ਘੰਟਿਆਂ ਬਾਅਦ ਇਹ ਖਲਾਸਾ ਹੋਊਗਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰਨਗੇ ਕਿ ਆਖਰ ਇਹ ਪੂਰਾ ਮਸਲਾ ਕੀ ਆ ਕਿ ਕੌਣ ਉਹ ਖਿਡਾਰੀ ਆ ਕੀ ਖਿਡਾਰੀ ਆ ਕਿਸ ਲੈਵਲ ਤੇ ਖੇਡਿਆ ਉਹ ਡਿਸਟ੍ਰਿਕਟ ਲੈਵਲ ਤੇ ਖੇਡ ਖੇਢੀ ਉਹਨੇ ਸਟੇਟ ਲੈਵਲ ਦੀ ਖੇਢੀ ਆ ਕੋਈ ਰੰਜੀ ਦਾ ਟੂਰਨਾਮੈਂਟ ਖੇਡਿਆ ਕੋਈ ਆਈਪੀਐਲ ਟੂਰਨਾਮੈਂਟ ਖੇਡਿਆ ਕੀ ਉਹ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਹੈ ਇਹ ਸਾਰੇ ਖਲਾਸੇ ਪਤਾ ਲੱਗ ਜੂ ਜਦੋਂ ਉਸ ਖਿਡਾਰੀ ਦੀ ਤਸਵੀਰ ਸਾਹਮਣੇ ਆਈ ਕਿ ਪੰਜਾਬ ਦਾ ਕਿਹੜਾ ਖਿਡਾਰੀ ਹੈ ਕਿਸ ਜ਼ਿਲ੍ਹੇ ਦਾ ਪੰਜਾਬ ਚ ਕਿੱਥੇ ਰਹਿੰਦਾ ਪਟਿਆਲੇ ਰਹਿੰਦਾ ਮਹਾਲੀ ਰਹਿੰਦਾ ਜਲਖਪੁਰ ਰਹਿੰਦਾ ਖੜਰ ਰਹਿੰਦਾ ਕਿੱਥੇ ਰਹਿੰਦਾ ਚੰਡੀਗੜ੍ਹ ਰਹਿੰਦਾ ਇਹ ਸਾਰੇ ਖਲਾਸੇ ਹੋ ਜਾਣਗੇ ਤੇ ਪਤਾ ਲੱਗ ਜੂਗਾ ਕਿ ਉਹ ਖਿਡਾਰੀ ਕਿਹੜਾ ਵਾ ਕਿਸ ਲੈਵਲ ਦਾ ਖਿਡਾਰੀ ਹੈ ਡਿਸਟ੍ਰਿਕਟ ਲੈਵਲ ਦਾ ਹੈ ਸਟੇਟ ਲੈਵਲ ਦਾ ਕਿਹੜਾ ਟੂਰਨਾਮੈਂਟ ਖੇਡੇ ਨੇ ਉਹਨੂੰ ਖੇਡਦਾ ਕਿੰਨੇ ਸਾਲ ਹੋ ਗਏ ਨੇ ਬੈਟਸਮੈਨ ਆ ਬੋਲਰ ਆ ਆਲਰਾਊਂਡਰ ਆ ਕੀ ਉਹ ਇੰਨਾ ਕਾਬਿਲ ਹੈ ਸੀ ਕਿ ਉਹ ਨੂੰ ਨੌਕਰੀ ਦੀ ਲੋੜ ਪੈ ਪੈ ਗਈ ਕਿ ਜਾਂ ਉਹ ਡਿਸਟ੍ਰਿਕਟ ਖੇਡੇਗਾ ਤੇ ਨੌਕਰੀ ਲੈਣਾ ਚਾਹੁੰਦਾ ਸੀ ਜਾਂ ਰੰਜੀ ਪਲੇਅਰ ਆ ਤੇ ਨੌਕਰੀ ਲੈਣਾ ਚਾਹੁੰਦੇ ਇਹ ਹੁਣ ਸਾਰੇ ਜਦੋਂ ਇਹ ਨਾਮ ਆਊਗਾ ਉਹ ਜਿਹੜੀਆਂ ਸਾਰੀਆਂ ਜਿਹੜੀਆਂ ਖਲਾਸੇ ਨੇ ਜਾਂ ਜਿਹੜੇ ਪਰਮ ਭਲੇਖੇ ਨੇ ਜਾਂ ਜਿਹੜੇ ਤੁਕੇ ਨੇ ਉਹ ਸਾਰੇ ਸਾਬਤ ਹੋ ਜਾਣਗੇ ਕਿ ਆਖਿਰ ਕੀ ਹੈ ਦੁਪਹਿਰ ਨੂੰ 2 ਵਜੇ ਖਲਾਸਾ ਕਰਨਾ ਪੈਣਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਦਾਂ ਦਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ 31 ਮਈ ਦਾ ਸਮਾ ਦੁਪਹਿਰ ਦੇ 2 ਵਜੇ ਤੱਕ ਕਿਉਂਕਿ ਉਹਨਾਂ ਨੇ ਜਿਹੜਾ ਭ੍ਰਸਟਾਚਾਰ ਦੇ ਦੋਸ਼ ਲੱਗੇ ਨੇ ਚਰਦੇਸ ਚੰਨੀ ਤੇ ਚਰਦੀ ਚੰਨੀ ਹੋਣਾ ਵੀ ਚੁਣੌਤੀ ਪ੍ਰਵਾਨ ਕੀਤੀ ਸੀ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇੱਕ ਖਿਡਾਰੀ ਨੂੰ ਨੌਕਰੀ ਦੇਣ ਦੇ ਬਦਲੇ 2 ਕਰੋੜ ਰੁਪਏ ਰਿਸ਼ਵਤ ਮੰਗੀ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ 31 ਮਈ ਦੁਪਹਿਰ 2 ਵੇ ਦਾ ਸਮਾਂ ਦਿੱਤਾ ਹੈ ਮੋਲ ਦਿੱਤੀ ਤੇ ਉਹ ਅੱਜ ਕੋਈ ਹੀ ਘੰਟੇ ਬਾਅਦ ਪੂਰੀ ਹੋ ਜਾਊਗੀ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਿਹਾ ਸੀ ਕਿ ਜਾਂ ਤਾਂ ਉਹ ਖੁਦ ਸਾਰੀ ਸਚਾਈ ਆਪਣੇ ਰਿਸ਼ਤੇਦਾਰਾਂ ਕੋਲੋਂ ਪੁੱਛ ਕੇ ਦੱਸ ਦੇਣ ਨਹੀਂ ਤਾਂ ਫਿਰ 31 ਮਈ ਦੁਪਹਿਰ ਦੇ 2 ਵਜੇ ਤੱਕ ਉਹ ਕਾਨਫਰੰਸ ਕਰਨਗੇ ਤੇ ਉਸ ਖਿਡਾਰੀ ਨੂੰ ਲੈ ਕੇ ਵੀ ਸਾਹਮਣੇ ਆਉਣਗੇ ਜਿਸ ਕੋਲੋਂ ਪੈਸੇ ਮੰਗੇ ਗਏ ਅੱਜ ਇਹ ਸਾਰਾ ਜਿਹੜਾ ਮਸਲਾ ਇਹ ਸਥਿਤੀ ਸਪਸ਼ਟ ਹੋ ਜਾਏਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਪ੍ਰੈਸ ਕਾਨਫਰੰਸ ਕਰਨਗੇ 2 ਵਜੇ ਹਾਲਾਂਕਿ ਜਦੋਂ ਉਹਨਾਂ ਤੇ ਦੋਸ਼ ਲੱਗੇ ਨੇ ਚੰਨੀ ਸਾਭਤੇ ਤੇ ਉਹਨਾਂ ਨੇ ਗੁਰੂ ਘਰ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਅਰਦਾਸ ਕਰਕੇ ਆਪਣੀ ਸਫਾਈ ਵੀ ਦਿੱਤੀ ਸੀ ਕਿ ਉਹਨੇ ਕਿਹਾ ਸੀ ਕਿ ਉਹਨੇ ਕਿਸੇ ਤੋਂ ਵੀ ਪੈਸਾ ਨਹੀਂ ਮੰਗਿਆ ਅਸਲ ਦੇ ਵਿੱਚ ਧਰਮਸ਼ਾਲਾ ਮੁੱਖ ਮੰਤਰੀ ਭਗਵੰਦ ਸਿੰਘ ਆਪਣੇ ਪਰਿਵਾਰ ਦੇ ਨਾਲ ਮੈਚ ਦੇਖਣ ਗਏ ਸੀ ਉੱਥੇ ਜੋ ਕੁਝ ਇੱਕ ਖਿਡਾਰੀ ਨੇ ਦੱਸਿਆ ਉਹ ਸੰਗਰੂਰ ਜ਼ਿਲ੍ਹੇ 'ਚ ਉਸ ਦਿਨ ਉਹਨਾਂ ਨੇ ਖਲਾਸਾ ਕੀਤਾ ਜਿਸ ਦਿਨ ਉਹ ਦਿੜਬਾ ਤਹਿਸੀਲ ਦਾ ਉਦਘਾਟਨ ਕਰਨ ਗਏ ਸੀ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਹਫਤੇ ਉਹ ਆਈਪੀਐਲ ਮੈਚ ਦੇਖਣ ਗਏ ਸੀ ਕਿਉਂਕਿ ਜਿਹੜੇ ਕਿੰਗਜ਼ 11 ਪੰਜਾਬ ਦੇ ਮਾਲਕ ਨਾ ਉਹ ਪ੍ਰੈਜ਼ੀਡੈਂਟ ਆ ਉਹਦੇ ਸੱਦੇ ਤੇ ਉਹ ਅੰਮ੍ਰਿਤਸਰ ਪ੍ਰਦੇਸ਼ ਦੇ ਧਰਮਸ਼ਾਲਾ ক্রিকেট ਸਟੇਡੀਅਮ ਚ ਮੈਚ ਦੇਖਣਗੇ ਤੇ ਉੱਥੇ ਇੱਕ ਖਿਡਾਰੀ ਮਿਲਿਆ ਸੀ ਜਿਸ ਨੇ ਦੱਸਿਆ ਸੀ ਕਿ ਉਹ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਉਸ ਸਮੇਂ ਮੁੱਖ ਮੰਤਰੀ ਅ ਗਏ ਸੀ ਨੌਕਰੀ ਲੈਣ ਤੇ ਜਿਹਨਾਂ ਨੇ ਆਪਣੇ ਭਾਂਜੇ ਕੋਲ ਭੇਜ ਦਿੱਤਾਗਾ ਤੇ ਮਾਨ ਸਾਹਿਬ ਨੇ ਇਹ ਵੀ ਦੱਸਿਆ ਸੀ ਕਿ ਜਦ ਉਹ ਖਿਡਾਰੀ ਸਾਬਕਾ ਮੁੱਖ ਮੰਤਰੀ ਚਰਜ ਚੰਨੀ ਦੇ ਭਾਂਜੇ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ 2 ਲੱਗੇਗਾ ਤੇ ਖਿਡਾਰੀ ਨੇ ਸੋਚਿਆ 2 ਲੱਖ ਕਹਿ ਰਹੇ ਨੇ ਇਸ ਲਈ ਜਦੋਂ 2 ਲੱਖ ਰੁਪਏ ਲੈ ਕੇ ਗਿਆ ਤੇ ਉਹਨਾਂ ਦੇ ਭਾਂਜੇ ਨੇ ਕਿਹਾ ਕਿ 2 ਲੱਖ ਨਹੀਂ 2 ਕਰੋੜ ਹੁਣ ਇੱਕ ਵੱਡਾ ਇਲਜ਼ਾਮ ਇਹ ਸਾਬਤ ਕਰਨੇ ਪੈਣਗੇ ਔਰ ਇਸ ਤੋਂ ਬਾਅਦ ਜਿਹੜੇ ਮੋਲਤ ਦਿੱਤੀ ਗਈ ਅੱਜ ਪੂਰੀ ਹੋ ਜਾਏਗੀ 2 ਵਜੇ ਤੱਕ ਤੇ ਉਮੀਦ ਆ ਸਾਰੇ ਪੰਜਾਬ ਨੂੰ ਸਾਰੀ ਦੁਨੀਆ ਚ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਦੇ ਸਾਬਕਾ ਮੁੱਖ ਮੰਤਰੀ ਆ ਉਹਦੇ ਵਿਚਕਾਰ ਜਿਹੜਾ ਭ੍ਰਿਸ਼ਟਾਚਾਰ ਦੇ ਮਸਲੇ ਵਿੱਚ ਦੋਸ਼ ਲੱਗ ਰਹੇ ਨੇ ਔਰ ਵਾਰ ਪਲਟ ਵਾਰ ਦਾ ਸਾਹਮਣਾ ਕਰਨੇ ਦੋਨੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਉਹ ਵਕਤ ਆ ਚੁੱਕਾ ਹੈ ਜਦ ਜਿਹੜੀ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ ਹਾਲਾਂਕਿ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਦੋਂ ਵੀ ਉਹ ਕੁਝ ਕਰਦੇ ਨੇ ਤਾਂ ਉਹਨਾਂ ਦੀ ਫੋਟੋ ਆ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਦੇ ਵਿੱਚ ਤੇ ਉਹਦੇ ਪਿੱਛੇ ਪਏ ਨੇ ਉਹਨਾਂ ਕਿ ਹਾਲ ਹੀ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਪੀ ਐਚ ਡੀ ਡਿਗਰੀ ਮਿਲੀ ਸੀ ਤਾਂ ਉਹਨਾਂ ਦੇ ਭਗਵੰਤਵੜ ਉਹਨਾਂ ਦੇ ਪਿੱਛੇ ਪੈ ਗਏ ਨੇ ਉਹਨਾਂ ਕਹਿੰਦੇ ਭਗਵੰਤ ਮਾ ਦੀਆਂ ਸਾਰੀਆਂ ਗੱਲਾਂ ਝੂਠ ਦੀ ਬੁਨਿਆਦ ਤੇ ਟਿਕੀਆਂ ਨੇ ਔਰ ਮੁੱਖ ਮੰਤਰੀ ਨੇ ਜਿਹੜੇ ਉਹਨਾਂ ਤੇ ਅਹਿਮ ਸੰਗੀਰ ਕਿਸਮ ਦੇ ਇਲਜ਼ਾਮ ਲਗਾਏ ਨੇ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਆਪਣੀ ਗੱਲ ਕਿੱਥੇ ਜਾ ਕੇ ਕਰਾਂ ਇਸ ਲਈ ਮੈਂ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਸਥਿਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਕੇ ਅਰਦਾਸ ਕਰ ਰਿਹਾ ਸਾਬਕਾ ਮੁੱਖ ਮੰਤਰੀ ਚੰਨੀ ਚੰਨੀ ਨੇ ਗੁਰੂ ਸਾਹਿਬ ਅਗੇ ਅਰਦਾਸ ਕਰਨ ਤੋਂ ਬਾਅਦ ਕਿਹਾ ਸੀ ਕਿ ਜੇ ਮੈਂ ਕਿਸੇ ਕੋਲ ਇੱਕ ਵੀ ਪੈਸਾ ਲਿਆ ਹੋਵੇ ਤਾਂ ਮੇਰਾ ਕੁਝ ਨਾ ਰਵੇ ਉਹਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਮੇਰੇ ਪਿੱਛੇ ਵਿਜੀਲੈਂਸ ਵੀ ਲਗਾ ਰੱਖੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੁੰਦੇ ਨੇ ਤੇ ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਨੇ 25 ਮਈ ਨੂੰ ਫਿਰ ਤੋਂ ਕਾਨਫਰੰਸ ਕਰਕੇ ਕਿਹਾ ਸੀਗੇ ਮੁੱਖ ਮੰਤਰੀ ਸਾਹਿਬ ਸਟੇਜ ਪਰ ਉਹਨਾਂ ਦੇ ਬਦਨਾਮ ਕਰਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਜਦੋਂ ਉਹਨਾਂ ਕੋਲ ਕੋਈ ਸਬੂਤ ਆ ਨਾ ਤੇ ਫਿਰ ਟਵੀਟ-ਟਵੀਟ ਦਾ ਖੇਲ ਕਿਉਂ ਕਰ ਰਹੇ ਨੇ ਸਿੱਧਾ ਹੀ ਉਹ ਮੁੱਖ ਮੰਤਰੀ ਨੇ ਮੈਨੂੰ ਮੇਰੇ ਤੇ ਪਰਚਾ ਦਰਜ ਕਰਕੇ ਤੇ ਮੈਨੂੰ ਜੇਲ੍ਹ ਸੌਂਦ ਦੇਣਾ ਹੁਣ ਇਹ ਜਿਹੜੀ 31 ਮਈ ਦੁਪਹਿਰ ਦੇ 2 ਵਜੇ ਉਹ ਪਾਲ ਦੇ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਜਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ ਜਿਹੜੇ ਉਹਨਾਂ ਨੇ ਖੁਦ ਇੱਕ ਮੁੰਡਿਆ ਜਿਹੜਾ ਕ੍ਰਿਕਟਰ ਆ ਉਹਦੀ ਕਹਾਣੀ ਨੂੰ ਪੰਜਾਬ ਦੀ ਜਨਤਾ ਨੂੰ ਦੱਸਿਆ ਸੀ ਉਹ ਦੋਸ਼ ਜਿਹੜੇ ਨੇ ਉਹ ਹੁਣ ਅੱਜ ਸਾਬਤ ਹੋ ਜਾਣਗੇ ਕਿ ਨਹੀਂ ਹੋਣਗੇ ਦੋਵੇਂ ਬਾਅਦ ਪਤਾ ਲੱਗੂਗਾ ਜਦੋਂ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਕਿ ਨਹੀਂ ਕਰਦੇ ਲੇਕਿਨ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਵੀ ਪੈਣੀ ਅੱਜ ਔਰ ਮੌਲਤ ਉਹਨਾਂ ਖੁਦ ਦਿੱਤੀ ਆ 31 ਮਈ ਦੁਪਹਿਰ ਦੇ 2 ਵਜੇ ਹੁਣ ਸਵਾਲ ਕੀ ਉਸ ਤੋਂ ਪਹਿਲਾਂ ਚੰਨੀ ਸਾਹਿਬ ਕੁਝ ਖੁਲਾਸਾ ਕਰਨਗੇ ਜਾਂ ਫਿਰ ਸਿੱਧਾ ਹੁਣ ਪੰਜਾਬ ਦੀ ਜਨਤਾ ਨੂੰ 2 ਵਜੇ ਦਾ ਇੰਤਜ਼ਾਰ ਕਰਨਾ ਪਏਗਾ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਕਹਿ ਦਿੱਤਾ ਸੀ ਸਮਾ ਵੀ ਦੱਸਣਗੇ ਸਥਾਨ ਵੀ ਦੱਸਣਗੇ ਤਸਵੀਰਾਂ ਵੀ ਦੱਸਣਗੇ ਤੇ ਨਾਮ ਵੀ ਦੱਸਣਗੇ ਇਸ ਕਰਕੇ ਸਾਰੇ ਪੰਜਾਬ ਹੀ ਨਹੀਂ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਦੀ ਅੱਜ ਜਿਹੜੀਆਂ ਨਜ਼ਰਾਂ ਨੇ ਉਹ ਦੁਪਹਿਰ ਦੇ 2 ਵਜੇ ਤੱਕ ਤੱਕ ਤੇ ਟਿਕੀਆਂ ਹੋਈਆਂ ਨੇ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਬਕਾ ਮੁੱਖ ਮੰਤਰੀ ਚਰਜਿਸ ਚੰਨੀ ਨੂੰ ਲੈ ਕੇ ਵੱਡਾ ਖਲਾਸਾ ਕਰਨਗੇ ਦੇਖਦੇ ਆ ਇਸ ਵੱਡੇ ਖਲਾਸੇ ਦੇ ਵਿੱਚ ਉਹ ਕਿਹੜਾ ਕ੍ਰਿਕਟਰ ਆ ਕਿਹੜੀ ਕੋਠੀ ਆ ਕਿਹੜਾ ਟਾਈਮ ਆ ਕਿੰਨੀਆਂ ਤਸਵੀਰਾਂ ਨੇ ਸਭ ਕੁਝ ਅੱਜ ਖਲਾਸਾ ਹੋ ਜਾਊਗਾ ਇੰਤਜ਼ਾਰ ਕਰਨਾ ਪਊਗਾ ਦੁਪਹਿਰ ਦੇ 2 ਵਜੇ ਤੱਕ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ